ਭੁੱਬਾ ਮਾਰ ਰੋ ਰਹੀ ਮਾਂ। ਰੋਂਦੇ ਰੋਂਦੇ ਦਿਲਾਸਾ ਦੇ ਰਹੀਆਂ ਔਰਤਾਂ। ਘਰ ਚ ਵਿਸ਼ਿਆ ਸੱਥਰ ਬਿਆਨ ਕਰ ਰਿਹਾ ਕਿ ਹੁਣੀ ਵਾਪਰ ਚੁੱਕੀ ਹੈ। ਮਾਪਿਆਂ ਦੇ ਚਾਵਾਂ ਨਾਲ ਪਾਲੇ ਲਾਡਲੇ ਪੁੱਤ ਦੀ ਕੈਨੇਡਾ ਤੋਂ ਮੌਤ ਦੀ ਖਬਰ ਨੇ ਸਾਰੇ ਪਰਿਵਾਰ ਨੂੰ ਸੁੰਨ ਕਰਕੇ ਰੱਖ ਦਿੱਤਾ। ਰੋਣ ਤੋਂ ਸਿਵਾਏ ਕੋਈ ਚਾਰਾ ਨਜ਼ਰ ਨਹੀਂ ਆ ਰਿਹਾ। ਸੰਗਰੂਰ ਦੀ ਹਾਊਸਿੰਗ ਬੋਰਡ ਕਲੋਨੀ ਦਾ 26 ਸਾਲ ਦਾ ਮਨਿੰਦਰਜੀਤ ਸਿੰਘ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ, ਪਰ ਪਤਾ ਨਹੀਂ ਸੀ ਕਿ ਹੁਣ ਉਸ ਦੀ ਮੌਤ ਦੀ ਦੁਖਦਾਈ ਖਬਰ ਆਵੇਗੀ। ਮਾਂ ਪਿਓ ਅਤੇ ਪਰਿਵਾਰ ਉਸ ਦਾ ਆਖਰੀ ਵਾਰ ਮੂੰਹ ਦੇਖਣ ਨੂੰ ਵੀ ਤਰਸ ਜਾਵੇਗਾ। ਪਰਿਵਾਰ ਦੇ ਮੁਤਾਬਕ 4 ਸਾਲ ਪਹਿਲਾਂ ਮਨਿੰਦਰਜੀਤ ਸਿੰਘ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਕੈਨੇਡਾ ਚਲੀ ਗਈ ਸੀ ਅਤੇ ਇੰਨੇ ਨੂੰ ਕਰੋਨਾ ਮਹਾਂਮਾਰੀ ਫੈਲ ਗਈ। ਮਨਿੰਦਰਜੀਤ ਇੱਧਰ ਹੀ ਰਹਿ ਗਿਆ। ਕਾਫੀ ਮੁਸ਼ਕਲਾਂ ਤੋਂ ਬਾਅਦ ਆਖਿਰਕਾਰ 8 ਮਹੀਨੇ ਪਹਿਲਾਂ ਹੀ ਕੈਨੇਡਾ ਤੋਰਿਆ ਸੀ। ਬੱਚਿਆਂ ਨੂੰ ਵਿਦੇਸ਼ 'ਚ ਸੈਟਲ ਕਰਨ ਲਈ ਮਾਪਿਆਂ ਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ। ਲੱਖਾਂ ਰੁਪਏ ਖਰਚ ਕਰਕੇ ਪੁੱਤ ਨੂੰ ਵਿਦੇਸ਼ ਭੇਜ ਦਿੱਤਾ, ਪਰ ਹੁਣ ਉਸੇ ਪੁੱਤ ਦੀ ਮੌਤ ਨੇ ਉਹਨਾਂ ਨੂੰ ਝੰਜੋੜ ਕੇ ਰੱਖ ਦਿੱਤਾ। ਦੱਸਿਆ ਇਹ ਜਾ ਰਿਹਾ ਹੈ ਕਿ ਮਨਿੰਦਰ ਜਿਸ ਥਾਂ 'ਤੇ ਰਹਿੰਦਾ ਸੀ ਉੱਥੇ ਹੀ ਉਸ ਦੀ ਮ੍ਰਿਤਕ ਦੇਹ ਉਸੇ ਕਮਰੇ 'ਚ ਪਈ ਮਿਲੀ ਹੈ। ਪੂਰਾ ਪਰਿਵਾਰ, ਸਕੇ ਸੰਬੰਧੀ, ਰਿਸ਼ਤੇਦਾਰ, ਦੋਸਤ ਮਿੱਤਰ ਰੋ ਰਹੇ ਨੇ ਅਤੇ ਉਡੀਕ ਰਹੇ ਨੇ ਕਿ ਉਸਦੀ ਮ੍ਰਿਤਕ ਦੇਹ ਹੀ ਭਾਰਤ ਆ ਜਾਵੇ ਤਾਂ ਜੋ ਉਸ ਦੀਆਂ ਧਾਰਮਿਕ ਰੋਹ ਰੀਤਾਂ ਨਾਲ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਕੈਨੇਡਾ ਨੇ ਇੱਕ ਵਾਰ ਫਿਰ ਮਾਪਿਆਂ ਦੇ ਲਾਡਲੇ ਪੁੱਤ ਨੂੰ ਉਹਨਾਂ ਤੋਂ ਖੋਹ ਲਿਆ ਏ। ਸੈਂਟ ਜੋਨ ਉਹ ਵੀ ਫਿਰ ਉਸ ਤੋਂ ਬਾਅਦ ਚੱਲਿਆ ਗਿਆ ਉੱਥੇ ਸੈਂਟ ਜੋਨ। ਉੱਥੇ ਜਾ ਕੇ ਚਲੋ ਕਰਤਾ ਸੀ। ਪਹਿਲਾਂ 4 ਸਾਲ ਪਹਿਲਾਂ ਵਿਆਹ ਕੀਤਾ ਸੀ 2019 'ਚ। ਉਹ ਤੋਂ ਬਾਅਦ ਉਹਨੂੰ ਵੀ ਪੈਸੇ ਪੂਸੇ ਭੇਜਦੇ ਰਹੇ, ਇਹਦਾ ਵੀ ਕੰਮ ਲੇਟ ਹੋ ਗਿਆ, ਕਰੋਨਾ ਆ ਗਿਆ, 3-4 ਸਾਲ ਇੱਥੇ ਲੇਟ ਹੋ ਗਿਆ। ਉਹਨੂੰ ਵੀ ਪੈਸੇ ਪੂਸੇ ਭੇਜਦੇ ਰਹੇ। ਹੁਣ ਇਹਦੇ ਜਾਣ ਤੋਂ ਬਾਅਦ ਵੀ PR ਵਾਸਤੇ 6-7 ਲੱਖ ਰੁਪਈਆ ਹੋਰ ਭੇਜਿਆ ਉਹਨੂੰ। ਹੁਣ ਜਾਣ ਸਾਰੀ ਮਨਿੰਦਰ ਉਹ ਕਹਿੰਦੀ ਵੀ ਪੈਸੇ ਆਪਾਂ ਹੋਰ ਭਰਨੇ ਨੇ, ਅਜੇ PR ਦੀ ਫਾਈਲ ਵਗੈਰਾ ਕੁਛ ਨਹੀਂ ਲੱਗੀ। ਸਾਡੀ ਜ਼ਮੀਨ 'ਚ ਜਿਹੜੀ ਉਹ ਵੀ ਇਸਤਾ ਭੇਜਤੀ ਬੱਚਿਆਂ ਕਰਕੇ ਵੀ ਚਲੋ ਇਹ ਸੈੱਟ ਹੋਣਗੇ। ਪਰ ਜਦੋਂ ਸਾਨੂੰ ਆਹ ਸੁਨੇਹਾ ਮਿਲਿਆ ਜੀ ਹਾਂ ਤੁਸੀਂ ਆਪ ਹੀ ਦੇਖ ਲਓ ਕੀ ਕਰੀਏ। 36 ਸਾਲ ਉਮਰ ਸੀ, ਹੱਥ ਬੰਨ ਕੇ ਪੀ ਲੈ ਜੀ ਮੇਰੇ ਬੱਚੇ ਨੂੰ ਇੱਥੇ ਸਾਡੇ ਕੋਲ ਭੇਜਿਆ ਜਾਵੇ, ਮਦਦ ਕੀਤੀ ਜਾਵੇ। ਜ਼ਮੀਨ ਸਾਰੀ ਵਿਕ ਗਈ ਜੀ, ਅਸੀਂ ਕਾਸੇ ਜੋਗੇ ਨਹੀਂ ਰਹੇ। ਮੈਨੂੰ ਆਇਆ ਸੀ ਮੇਰਾ ਬੱਚਾ ਸੈੱਟ ਹੋਊਗਾ, PR ਹੋ ਜਾਣਗੇ ਅੱਗੇ, ਚਲੋ ਉਹਦੇ ਬਾਅਦ ਸੈੱਟ ਹੋਣਾ, ਬੱਚਿਆਂ ਦੀ ਲਾਈਫ ਸੈੱਟ ਹੋ ਜੂਗੀ। ਜੋਬ ਕਰਦੇ ਨੇ ਜੀ ਸਰਕਾਰੀ ਚੌਕੀਦਾਰ ਨੇ। ਪਿੱਛੇ ਜੀ ਇੱਕ ਬੇਟਾ ਹੈ ਜੀ, ਇੱਕ ਉਹਦਾ ਡੈਡੀ, ਇੱਕ ਮੰਮੀ ਜੀ। ਮੰਗਦਾ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਡੈਡ ਬੋਡੀ ਸਾਡੇ ਕੋਲ ਬਚਾਈ ਜਾਵੇ, ਜਿਹੜੇ ਪੱਲੇ ਵਿਚਾਰੇ ਦੇ ਬੱਚੇ ਹੈਗਾ। ਪਹਿਲਾਂ ਆਪਣੀ ਜਿਹੜੀ ਜਾਇਦਾਦ ਸੀ ਉਹ ਵੇਚ ਕੇ ਇਹਨੇ ਪੜ੍ਹਾਈ ਵਾਸਤੇ ਜੀ ਬੇਟਾ ਸੋ ਰਿਹਾ ਸੀ ਜੀ, ਉਹ ਵਿਚਾਰਾ। ਦੁਖਦਾਈ ਖਬਰ ਜੀ ਸਾਨੂੰ ਪਰਸੋਂ ਪਤਾ ਲੱਗਿਆ ਜੀ। ਫੋਨ ਕਿੰਨਾ ਦਾ ਆਇਆ? ਫੋਨ ਜੀ ਉੱਥੋਂ ਮੁੰਡਾ ਆਇਆ ਸੀ ਜੀ ਕਿਸੇ ਦਾ ਬਿਜਲਪੁਰ, ਉਹਦੇ ਡਰੈਸ 'ਤੇ ਰਹਿਣਾ ਸੀ ਜੀ। ਉਹ ਉਰੇ ਆਇਆ ਹੋਇਆ ਜੀ, ਉਹਦੇ ਜਦੋਂ ਕਮਰੇ 'ਚ ਆਏ ਜੀ ਉਹਦੇ ਨਾਲ ਮੁੰਡਾ ਕੋਈ ਹੋਰ ਸੀ, ਸਾਨੂੰ ਤਾਂ ਉੱਥੋਂ ਪਤਾ ਲੱਗਿਆ।